ਸ਼ਿਵਾਲੀ ਜੀ ਕੀ ਕਦੋਂ ਦੀ ਲੜਾਈ ਚੱਲ ਰਹੀ ਆ ਹੁਣ ਪੁੱਛੋ। ਕਦੋਂ ਦੀ ਪੁੱਛਦੀ ਆ ਕਿ ਤੂੰ ਮੇਰਾ ਕੀ ਲੱਗਦਾ ਇਹ ਦੱਸਦਾ ਹੀ ਨਹੀਂ। ਬਸ 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 ਮੈਂ ਦੱਸਦਾ, ਚੱਕਰ ਚ ਨਾ ਪਾਓ, ਮੈਂ ਦੱਸਦਾ ਤੁਹਾਨੂੰ, ਮੈਂ ਕੁੜੀ ਦਾ ਪਿਓ ਲੱਗਦਾ ਫਿਲਮ ਦੇ ਵਿੱਚ। ਖੜੀ 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 ਇੱਕ ਗੱਲ ਤੂੰ ਸੁਣੀ, ਨਾਲ ਮੇਰੇ ਬੈਠ ਇੱਕ ਸੁਪਨਾ ਬੁਣੀ, ਸੁਪਨੇ ਚ ਤੈਨੂੰ ਆਉਣਗੇ ਖਿਆਲ ਨਹੀਂ, ਹਾਏ ਡੋਲੀ ਵਿੱਚ ਬੈਠੀ ਹੈ ਤੂੰ ਮੇਰੇ ਨਾਲ ਨੀ, ਸਾਰੀ ਸਾਡੀ ਫੈਮਿਲੀ ਸੁਭਾਅ ਦੀ ਚੰਗੀ ਹੈ, ਰਲ ਜਾਣਾ ਤੂੰ ਵੀ ਦੇਖੀ ਝੱਟ ਬੱਲੀ ਹੈ, ਹੋ ਜਿੰਨਾ ਤੈਨੂੰ ਮਹਾਨ ਕਲਾਕਾਰ ਨੇ, ਉਹਨਾਂ ਨੂੰ ਦੇਖ ਕੇ ਤਾਂ ਅਸੀਂ ਕੁਛ ਸਿੱਖੇ ਹਾਂ, ਸੋ ਉਹ ਜਿਹੜਾ ਉਹਨਾਂ ਦਾ ਬੋਲਣਾ ਉਹ ਤਾਂ ਉਹਨਾਂ ਦਾ ਹੀ ਬੋਲਣਾ ਜੀ। ਗੁੱਸਾ ਤੇ ਤੂਫਾਨ ਸ਼ਾਂਤ ਹੋਣ ਤੋਂ ਬਾਅਦ ਹੀ ਪਤਾ ਲੱਗਦਾ ਆਪਣੇ ਨਾਲ ਕਿੰਨਾ ਕੁਛ ਰੋੜ ਕੇ ਲੈ ਗਿਆ। ਕਾਫੀ ਚੀਜ਼ਾਂ ਜਿਹੜੀਆਂ ਰਹਿੰਦੀਆਂ ਨੇ ਉਹ ਹੁਣ ਪਤਾ ਲੱਗਣਗੀਆਂ। ਸਰ ਕਦੋਂ? 6 ਦਸੰਬਰ। ਇਹਨਾਂ ਰਿਸ਼ਤਿਆਂ ਚਾਹੇ ਤੂਫਾਨ ਦੇ ਬਾਵਜੂਦ ਵੀ ਕਦੇ ਕੁਝ ਅਣਜਾਣ ਇੱਕ ਦੂਜੇ ਨੂੰ ਪੁੱਛ ਹੀ ਲੈਂਦੇ ਨੇ ਕਿ ਤੂੰ ਮੇਰਾ ਕੀ ਲੱਗਦਾ। ਤੁਸੀਂ ਦੇਖ ਰਹੇ ਹੋ ਚੈਨਲ ਸ਼ਾਨ ਪੰਜਾਬੀ, ਮਾਣ ਪੰਜਾਬ ਦਾ।